ਭਾਨਿਆਂ ਸਿੱਧੂ ਨੂੰ 10,000 ਰੁਪਈਆ ਲੈਣ ਦੇ ਤਹਿਤ ਪਹਿਲਾਂ ਗ੍ਰਿਫਤਾਰ ਕੀਤਾ। ਕੱਲ੍ਹ ਉਹਦੀ ਜੋ ਜ਼ਮਾਨਤ ਹੋਣ ਲੱਗੀ ਆ, ਉਸ ਤੋਂ ਬਾਅਦ ਉਹ ਚੈਨੀ ਖੂਨ ਦਾ ਇੱਕ ਕੇਸ ਪਾ ਕੇ 3 ਦਿਨਾਂ ਦਾ ਰਿਮਾਂਡ ਉਹਦਾ ਫੇਰ ਦਿੱਤਾ। ਜਿਹੜੇ ਬੰਦੇ ਕੁਛ ਬੋਲਦੇ ਆ, ਸਰਕਾਰ ਦੇ ਉਲਟ ਬੋਲਦੇ ਆ, ਆਪਾਂ ਜਾਣਦੇ ਹਾਂ ਵੀ ਭਾਨੇ ਨੇ ਪਿਛਲੇ ਦਿਨਾਂ ਦੇ ਵਿੱਚ ਠੱਗ ਏਜੰਟ ਤੋਂ ਪੈਸੇ ਵਾਪਸ ਕਰਾਏ ਆ ਲੋਕਾਂ ਦੇ। ਸੋ ਚਾਹੀਦਾ ਤਾਂ ਇਹ ਸੀਗਾ ਵੀ ਜਿਹੜੇ ਸਰਕਾਰ ਦੇ ਕਰਨ ਵਾਲੇ ਕੰਮ ਆ, ਪੁਲਿਸ ਦੇ ਕਰਨ ਵਾਲੇ ਕੰਮ ਆ, ਉਹ ਭਾਨਾ ਕਰ ਰਿਹਾ ਵਾ ਇਹੋ ਜਿਹੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ, ਉਹਨਾਂ ਨੂੰ ਇਸ ਤਰ੍ਹਾਂ ਜਵਾਨਬੰਦੀ ਕਰਨੀ, ਇੰਟੈਰੋਗੇਟ ਸੈਂਟਰਾਂ ਦੇ ਵਿੱਚ ਸਿੱਟਣਾ, ਇਹ ਇੱਕ ਚੀਜ਼ ਨੂੰ ਸਾਫ਼ ਕਰਦਾ ਵਾ ਵੀ ਠੱਗ ਟੋਲਾ ਅਤੇ ਸਰਕਾਰ ਜਿਹੜੀ ਆਪਾਂ ਕਹਿੰਦੇ ਰਲ ਕੇ ਚੱਲਦੇ ਆ, ਇਹਨਾਂ ਦੇ ਸਰਕਾਰਾਂ 'ਚ ਹੱਥ ਹੁੰਦੇ ਆ, ਆਮ ਲੋਕਾਂ ਨਾਲ ਠੱਗੀਆਂ ਮਾਰਦੇ, ਰਲ ਮਿਲ ਕੇ ਮਾਰਦੇ ਆ। ਕੱਲ੍ਹ ਨੂੰ 12 ਤੋਂ 2 ਵਜੇ ਤੱਕ ਭਾਨੇ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਟੂਲ ਪਲਾਜ਼ੇ ਜਿਹੜੇ ਆ ਉਹ ਜਾਮ ਕੀਤੇ ਜਾਣਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅਤੇ ਮੈਂ ਬਲਵਿੰਦਰ ਸਿੰਘ। ਭਾਨਾ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ 6 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਨੇ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਭਾਨਾ ਸਿੱਧੂ ਨਾਲ ਧੱਕਾ ਹੋ ਰਿਹਾ ਅਤੇ ਕੱਲ੍ਹ 12 ਵਜੇ ਤੋਂ ਲੈ ਕੇ 2 ਵਜੇ ਤੱਕ ਟੋਲ ਫਰੀ ਕੀਤੇ ਜਾਣਗੇ। ਮੈਂ ਬਲਦੇਵ ਸਿੰਘ ਜੀਰਾ, ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ। ਤੁਸੀਂ ਸਾਰੇ ਮਸਲੇ ਨਾਲ ਜੁੜੇ ਹੀ ਹੋ। ਭਾਨਿਆਂ ਸਿੱਧੂ ਨੂੰ 10,000 ਰੁਪਈਆ ਲੈਣ ਦੇ ਤਹਿਤ ਪਹਿਲਾਂ ਗ੍ਰਿਫਤਾਰ ਕੀਤਾ, ਕੱਲ੍ਹ ਉਹਦੀ ਜੋ ਜ਼ਮਾਨਤ ਹੋਣ ਲੱਗੀ ਆ, ਉਸ ਤੋਂ ਬਾਅਦ ਉਹ ਚੈਨੀ ਖੂਨ ਦਾ ਇੱਕ ਕੇਸ ਪਾ ਕੇ 3 ਦਿਨਾਂ ਦਾ ਰਿਮਾਂਡ ਉਹਦਾ ਫੇਰ ਦਿੱਤਾ। ਪਹਿਲਾਂ ਵੀ ਉਹ 'ਤੇ ਇੰਨਾ ਤਸ਼ੱਦਦ ਕੀਤਾ ਗਿਆ, ਜਲੀਲ ਕੀਤਾ ਗਿਆ ਉਹਨੂੰ, ਅਤੇ ਹੁਣ ਫਿਰ ਉਸੇ ਰਿਮਾਂਡਾਂ ਦੇ ਚੱਕਰ ਦੇ ਵਿੱਚ ਪਾ ਕੇ। ਅਸਲ ਵਿੱਚ ਜਿਹੜੇ ਬੰਦੇ ਕੁਛ ਬੋਲਦੇ ਆ, ਸਰਕਾਰ ਦੇ ਉਲਟ ਬੋਲਦੇ ਆ, ਆਪਾਂ ਜਾਣਦੇ ਹਾਂ ਵੀ ਭਾਨੇ ਨੇ ਪਿਛਲੇ ਦਿਨਾਂ ਦੇ ਵਿੱਚ ਠੱਗ ਏਜੰਟ ਤੋਂ ਪੈਸੇ ਵਾਪਸ ਕਰਾਏ ਆ ਲੋਕਾਂ ਦੇ। ਸੋ ਚਾਹੀਦਾ ਤਾਂ ਇਹ ਸੀਗਾ ਵੀ ਜਿਹੜੇ ਸਰਕਾਰ ਦੇ ਕਰਨ ਵਾਲੇ ਕੰਮ ਆ, ਪੁਲਿਸ ਦੇ ਕਰਨ ਵਾਲੇ ਕੰਮ ਆ, ਉਹ ਭਾਨਾ ਕਰ ਰਿਹਾ ਵਾ ਇਹੋ ਜਿਹੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ, ਉਹਨਾਂ ਨੂੰ ਇਸ ਤਰ੍ਹਾਂ ਜਵਾਨਬੰਦੀ ਕਰਨੀ, ਇੰਟੈਰੋਗੇਟ ਸੈਂਟਰਾਂ ਦੇ ਵਿੱਚ ਸਿੱਟਣਾ। ਸੋ ਇਹ ਇੱਕ ਚੀਜ਼ ਨੂੰ ਸਾਫ਼ ਕਰਦਾ ਵਾ ਵੀ ਠੱਗ ਟੋਲਾ ਅਤੇ ਸਰਕਾਰ ਜਿਹੜੀ ਆਪਾਂ ਕਹਿੰਦੇ ਰਲ ਕੇ ਚੱਲਦੇ ਆ, ਇਹਨਾਂ ਦੇ ਸਰਕਾਰਾਂ 'ਚ ਹੱਥ ਹੁੰਦੇ ਆ, ਆਮ ਲੋਕਾਂ ਨਾਲ ਠੱਗੀਆਂ ਮਾਰਦੇ, ਰਲ ਮਿਲ ਕੇ ਮਾਰਦੇ ਆ। ਸੋ ਇੱਕ ਤਾਂ ਇਹ ਇਸ ਗੱਲ 'ਤੇ ਮੋਹਰ ਲੱਗੀ ਆ, ਦੂਸਰੀ ਗੱਲ ਇਹ ਵੀ ਕਿ ਹੁਣ ਜੋ ਭਾਨੇ ਨਾਲ ਹੋ ਰਿਹਾ ਉਹਨੂੰ ਚੁੱਪ ਕਰਕੇ ਦੇਖੀਏ ਜਾਂ ਉਹਦੇ ਵਿਰੁੱਧ ਉਹਦਾ ਵਿਰੋਧ ਕਰੀਏ। ਸੋ ਅੱਜ ਪੰਜਾਬ ਦੀਆਂ 6 ਜਥੇਬੰਦੀਆਂ, ਜਿਨ੍ਹਾਂ 'ਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, BKU ਬ੍ਰਹਮਕੇ, ਆਜ਼ਾਦ ਕਿਸਾਨ ਕਮੇਟੀ ਦੁਆਬਾ, ਕਿਸਾਨ ਮਜ਼ਦੂਰ ਮੋਰਚਾ, BKU ਪਟੇੜੀ, ਦਸ਼ਮੇਸ਼ ਕਿਸਾਨ ਯੂਨੀਅਨ, ਇਹਨਾਂ 6 ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਕੱਲ੍ਹ ਨੂੰ 12 ਤੋਂ 2 ਵਜੇ ਤੱਕ ਭਾਨੇ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਟੂਲ ਪਲਾਜ਼ੇ ਜਿਹੜੇ ਆ ਉਹ ਜਾਮ ਕੀਤੇ ਜਾਣਗੇ, ਜਾਮ ਨਾ ਕਹੋ, ਫਰੀ ਕੀਤੇ ਜਾਣਗੇ, ਟੂਲ ਪਲਾਜ਼ੇ ਫਰੀ ਕੀਤੇ ਜਾਣਗੇ 12 ਤੋਂ 2 ਕੱਲ੍ਹ ਨੂੰ। ਸੋ ਸਾਰਿਆਂ ਲੋਕਾਂ ਨੂੰ, ਆਮ ਭਰਾਵਾਂ ਨੂੰ ਬੇਨਤੀ ਆ ਵੀ ਜਦੋਂ ਵੀ ਕਿਸੇ ਨਾਲ ਧੱਕਾ ਹੁੰਦਾ ਜੇ ਅਸੀਂ ਨਹੀਂ ਬੋਲੇ, ਅਤੇ ਇਹ ਜਿਹੜਾ ਧੱਕਾ ਵਾ ਇਹਦਾ ਜਿਹੜਾ ਚੱਕਰ ਚੱਲ ਰਿਹਾ ਵਾ, ਜਵਾਨਬੰਦੀ ਕਰਾਉਣ ਦਾ ਚੱਕਰ ਚੱਲ ਰਿਹਾ, ਇਹ ਕਿਸੇ 'ਤੇ ਵੀ ਪੈ ਸਕਦਾ ਵਾ। ਸੋ ਇਸ ਕਰਕੇ ਕੱਲ੍ਹ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ
ਵੱਧ ਤੋਂ ਵੱਧ ਗਿਣਤੀ ਦੇ ਵਿੱਚ ਕੱਲ੍ਹ ਨੂੰ 12-2 ਟੂਲ ਪਲਾਜ਼ੇ 'ਤੇ ਪਹੁੰਚੋ। ਹੁਣ ਵੇਖਣਾ ਹੋਵੇਗਾ ਕੱਲ੍ਹ ਕਿਸਾਨਾਂ ਦੇ ਸੰਘਰਸ਼ ਦੇ ਨਾਲ ਭਾਨਾ ਸਿੱਧੂ ਦੇ ਉੱਤੇ ਜੋ ਕਾਰਵਾਈ ਹੈ ਉਹਦੇ ਉੱਤੇ ਕੀ ਅਸਰ ਪੈਂਦਾ, ਕੱਲ੍ਹ ਆਉਣ ਵਾਲਾ ਸਮਾਂ ਹੀ ਦੱਸੇਗਾ। ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ, ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।